لنا بالخير واجعل عواقب امورنا بالخير بيدك الخير انك على كل شيء قدير اعوذ بالله من الشيطان الرجيم بسم الله الرحمن الرحيم جی میرے پیارے بھائیو السلام علیکم امید کرنا سارے پیارے بھائیو خوش ہو سن نال والو سن اور اللہ پاک نے عز و ایمان جو نے چلا سب پوجی اپنے پلاکا پلا پر پلاکا پلا کو جن کو سے دیتی ہے اساں جانا سی گیا پلاکا سارے کشمیری بھائی ساقب نے ਬਾਕੀ ਤੁਸੀਂ ਵਿਊ ਦੱਸਣੇ ਡੈਮ ਨਾਲ ਜਿਹੜਾ ਨਾ ਇਹ ਤਾਂ ਕਿਸਮ ਨੇ ਮਾਸ਼ਾਅੱਲਾ ਜ਼ਬਰਦਸਤ ਹੈ ਵਿਊ ਮਾਸ਼ਾਅੱਲਾ ਉੱਪਰ ਉਹ ਸਾਰਾ ਪਾਰਕ ਬਣਦਾ ਵਾ ਅਤੇ ਕੀ ਸਕਣੇ ਉਹ ਹੁਣ ਬੰਦੇ ਬੰਦੇ ਨਿਕਲ ਸਾਂ ਸਾਕਬਰ ਨੇ ਉੱਥੇ ਜਾਣੇ ਆ ਤਾਂ ਬੰਦੇ ਜਿਹੜਾ ਇਸ ਨੂੰ ਜਾ ਸਨ ਤੱਕਣੇ ਤੁਸੀਂ ਦੱਸਣੇ ਵਿਊ ਇੱਧਰ ਨਵੀਂ ਮਾਸ਼ਾਅੱਲਾ ਜ਼ਬਰਦਸਤ ਹੈ ਅਤੇ ਅੱਗੇ ਕੀਤਾ ਸੀ ਕਸ਼ਮੀਰੀ ਬਲਾਗਰ ਵੀ ਜਾਣੇ ਉੱਥੇ ਹੀ ਨਾ ਉਹਨਾਂ ਨੇ ਮੁਲਾਕਾਤ ਕਰਸਾਂ ਨਬੀਰ ਸਾਹਿਬ ਵੀ ਉਹਨਾਂ ਦੀ ਰਾਬਤਾ ਕੀਤਾ ਸੀ ਉਹ ਵੀ ਪਹੁੰਚੀ ਗਏ ਸਰ ਪਿੱਛਾ ਲੇਟ ਅਸਾਂ ਹੀ ਰਹਿ ਗਏ ਹਾਂ ਜਿਹੜੇ ਅਜੇ ਤੱਕ ਪਹੁੰਚੇ ਨਾ ਪਹੁੰਚਦਾ ਅਸਾਂ ਵੀ ਤੁਸੀਂ ਦੱਸਾਂ ਵਿਊ ਇਹ ਤਾਂ ਕਿਸੇ ਨੇ ਮਾਸ਼ਾਅੱਲਾ ਜ਼ਬਰਦਸਤ ਇੱਥੇ ਨਾ ਵਿਊ ਤਾਂ ਕਿਸੇ ਨੇ ਮਾਸ਼ਾਅੱਲਾ ਬਹੁਤ ਪਿਆਰਾ ਹੁਣ ਚੱਲੇ ਹਾਂ ਮੇਰਾ ਪਰ ਲੇਟ ਕਰਨੇ ਟਾਈਮ ਮਕਸਦ ਕੋਣੀ ਗਰਮੀ ਹੈ ਸਖਤ ਧੁੱਪ ਸਖਤ ਹੈ ਮੋਟਰਸਾਈਕਲਾਂ ਵੀ ਜਿਹੜਾ ਬਹੁਤ ਜ਼ੋਰ ਮੈਚ ਹੈ ਇੱਕ ਤਾਂ ਰੰਗ ਹੈਗਾ ਚਿੱਟੇ ਨੇ ਹੋਰ ਚਿੱਟੇ ਜਿਸ ਨੂੰ ਇਸ ਮਸ਼ਾਅੱਲਾ ਸਾਹਮਣੇ ਜਿਲ੍ਹਾ ਟਾਈਮ ਨਾਲ ਉਹਨਾਂ ਨੇ ਘਰ ਆ ਵੀ ਦੇਣੀ ਹੈ ਦਵਾ ਪਰ ਲਾਜ਼ਮੀ ਪਹੁੰਚਣਾ ਪੈਣਾ ਦਵਾ ਤੋਂ ਨਾ ਪਹੁੰਚੇ ਮਕਸਦ ਕੋਣੀ ਬਾਅਦ ਹੀ ਜਾਣੇ ਨਾ ਚੱਲੇ ਹਾਂ ਲਿਖਨੇ ਹਾਂ ਇਨਸ਼ਾਅੱਲਾ ਪੈਣਾ ਆਪਣਾ ਗਏ ਜਿਹੜੀ ਵੀਡੀਓ ਬੜੀ ਮਜ਼ੇ ਨਹੀਂ ਉਸੀ ਚਲੋ ਭੈਣ ਭਰਾ ਅਸਾਂ ਪਹੁੰਚੇ ਹਾਂ ਸਾਕਬ ਕਸ਼ਮੀਰ ਨੇ ਘਰ ਅੱਜ ਉਹਨਾਂ ਨੇ ਚੌਥਾ ਸੀ ਦਾਦੀ ਹਰਨਾ ਉੱਥੇ ਪਹੁੰਚੇ ਆਏ ਹਾਂ ਇਸ ਲੈ ਤਾਂ ਸਖਤ ਧੁੱਪ ਹੈ ਅੱਜ ਅਸਾਂ ਗਏ ਕਸ਼ਮੀਰੀ ਬਲਾਗਰ ਵੀ ਜਿਹਨਾਂ ਨੇ ਫੋਨ ਕੀਤਾ ਸੀ ਉਹ ਵੀ ਰਾਜ ਲੱਭੀ ਗਏ ਇਸਰਾਰ ਸਦਰ ਸਾਹਿਬ ਵੀ ਉਹ ਲੱਭੀ ਗਏ ਅਤੇ ਬਾਕੀ ਸਾਨੂੰ ਤਾਂ ਕਿਸੇ ਨਹੀਂ ਉਹ ਐਂਦਾ ਹੈ ਮਾਸ਼ਾਅੱਲਾ ਜ਼ਬਰਦਸਤ ਹੈ ਵਾਹ ਮੰਦਰ ਆਈ ਵੀ ਹੈ ਗੜੀਆਂ ਛੜੀਆਂ ਖਲਤੀਆਂ ਤੁਹਾਨੂੰ ਤਾਂ ਕਿਸੇ ਨੂੰ ਇਹ ਸਾਕਬ ਸਾਹਿਬ ਨਾਲ ਘਰ ਹੈ ਗਰੁੱਪ ਛੋੜੀ ਦਿੱਤੇ ਸਾਰੇ ਸਹੀ ਬਣਾ ਚੌਕਸ ਕਸ ਕਸਮ ਜਾਵਾਂ ਕਸਮ ਤੋਂ ਚੌਕੀ ਕਿ ਮੈਂ ਸਮਰਤ ਬਾਰ ਨਹੀਂ ਰਿਹਾ ਅਸਾਂ ਤੁਹਾਨੂੰ ਮੈਂ ਤਾਂ ਗਿਰੀ ਓਏ ਓਏ ਗਰੁੱਪ ਛੋੜਿਆ ਸਾ ਦਾ ਨਾਸਮ ਨਾ ਜੀ ਇਹ ਅੱਲਾ ਜੀ ਮਾਫ ਕਰੇ ਮੇਗੀ ਹੁਣ ਜਿੱਲੇ ਅੰਦਰ ਬਾਕੀ ਭੈਣ ਭਰਾਂਗੇ ਇੱਕ ਚੌਕੀ ਖਾਈ ਰਹੀ ਹੈ ਇੱਕ ਚੌਕੀ ਰਹਿ ਗਈ ਹੈ ਖਾਣਾ ਖਾਣੇ ਦੇ ਜਿਹੜੇ ਬਹਿ ਜਾਓ ਜਿਹੜੇ ਨਹੀਂ ਖਾਣੇ ਘਰ ਘਰ ਰਹਿ ਜਾਓ ਸਾਡਾ ਬੜਾ ਘੁਣੀ ਹੈ ਸਾਡੇ ਭਾਈ ਮੂੰਹ ਮੋਰ ਕਰੀ ਗਏ ਪਤਾ ਨਹੀਂ ਖਾਈ ਦੇ ਸਦਰ ਸਾਹਿਬ ਨੇ ਆਪਣੇ ਰਾਜਾ ਨਬੀਰ ਸਾਹਿਬ ਵੀ ਪਹੁੰਚੀ ਆਏ ਜਿਹਨੇ ਆਖਿਆ ਆਸਾਂ ਪਿੱਛਾ ਕੀ ਰਹਿ ਜਾਂ ਆਸਾਂ ਨੂੰ ਪਹੁੰਚਣਾ ਲਾਜ਼ਮੀ ਹੈ ਹੁਣ ਪੁੱਛਿਆ ਜੀ ਪੁੱਛਣੇ ਸਾਡੇ ਕੋਲ ਯੂਕੇ ਨੇ ਪਟੋਲਾ ਬਤਾਇਆ ਆਸਾਂ ਉਸਨੇ ਮੁਲਾਜ਼ਮ ਆ ਗਏ ਲਾ ਡੋੜੋ ਸੁਣੋ ਜਨਾਬ ਅਸਲਾਮ ਵਾਲੇਕਮ ਕਿਆ ਹਾਲ ਹੈ ਠੀਕ ਹੋ ਕਿੱਥੇ ਸੀ ਠੀਕ ਹੈ ਕੈਸੀ ਰਾਤ ਗੁਜ਼ਰੀ ਬਹੁਤ ਅੱਛੀ ਚਾਚਾ ਖਾਸ ਕਰ ਜਿਹੜੇ ਜਿੱਥੇ ਕੱਲ੍ਹ ਮੁਲਾਕਾਤ ਹੋਈ ਜੀ ਮਾਸ਼ਾਅੱਲਾ ਉੱਥੇ ਗਏ ਸੀ ਕਾਫੀ ਦੇਰ ਤੱਕ ਉੱਥੇ ਬੈਠੇ ਰਹੇ ਸਕੂਨ ਹੈ ਨਾ ਬਹੁਤ ਸਕੂਨ ਹੈ ਥੋੜ੍ਹਾ ਮੱਛਰ ਹੈ ਮਗਰ ਸਕੂਨ ਹੈ ਹਾਂ ਤੁਸੀਂ ਇਸ ਪੂਰੇ ਨੜਿਆਲੇ ਚ ਮਾਸ਼ਾਅੱਲਾ ਇਹ ਠੀਕ ਹੈ ਥੋੜ੍ਹਾ ਜਿਹਾ ਸਕੂਨ ਪਰ ਸਕੂਨ ਮੌਜੂਦ ਹੈ ਬਹੁਤ ਅੱਛਾ ਮਾਸ਼ਾਅੱਲਾ ਹੋਰ ਸਭ ਖੈਰ ਕੀ ਹੈ ਹਾਂ ਜ਼ਹਿਰ ਹੈ ਕਿਤਾ ਨਾ ਕਲਵੜੀ ਮਸਜਿਦ ਮੈਂ ਉੱਥੇ ਰਾਰੂ ਛਿਕਿਆ ਨਾ ਕੈਮਰੇ 'ਚ ਮਗਰ ਕਲੀਅਰ ਨਾ ਆਏ ਮਾੜੇ ਕੋਲ ਬਹੁਤ ਅੱਛੀਆਂ ਵੀਡੀਓਜ਼ ਵਗੈਰਾ ਬਣਦੀਆਂ ਮੈਂ ਤੁਸੀਂ ਕਿਤਰੀਆਂ ਚੋਂਗੀ ਨਾ ਪਾਣੀ ਇਹਨੇ ਬੜੇ ਮੈਂ ਰਾਰੀ ਸਾਈਡ ਪਰ ਸਾਂ
ਕਵਰ ਕੀਤਾ ਮਗਰ ਜ਼ੂਮ ਇਤਨੀ ਨਹੀਂ ਹੋਈ ਸਕੀ ਮਗਰ ਥੋੜੀ ਥੋੜੀ ਦਿਸਣੀ ਹੈ ਵੀਜੇ ਹਾਂ ਪਾਰੀ ਸਾਈਡ ਪਰ ਮੈਂ ਸਾਨੂੰ ਰਾਰੀ ਪਰ ਸਾਨੂੰ ਤੁਸਾਂ ਕਲੋੜੀ ਮਸ਼ਹਦ ਕੋਲ ਸੋ ਮੈਂ ਪਾਰੀ ਸਾਈਡ ਅੱਛਾ ਆਏ ਕੋਈ ਨਹੀਂ ਹੋ ਜੀ ਫਿਰ ਪਿੰਡਾਂ ਪੂਣਾ ਪਿੰਡਾਂ ਲੰਮਾ ਸੀ ਨਾ ਪਾਣੀ ਵਿਚਕਾਰੇ ਸੀ ਨਾ ਜੀ ਮੱਛੀ ਲੈ ਕੇ ਆਲਾ ਮਾਰਿਆ ਮਛਵਾ ਤਾਂ ਮਰਨਾ ਸੀ ਮਗਰ ਨੇੜਾ ਨਹੀਂ ਲੱਗਾ ਮੱਛੀ ਜਾਲ ਲਾਉਣਾ ਸੀ ਚਲੋ ਸਹੀ ਹੈ ਨਾ ਬਾਕੀ ਜੀ ਸਾਡੇ ਪਾਪਾ ਇੱਕ ਹੋਰ ਪਾਰ ਉਹ ਭੱਜੇ ਪਿਆ ਇਹਦਾ ਕੰਨਾਂ ਪਰ ਥੋੜੀ ਛੋੜੋ ਇਹ ਬਾਕੀ ਜੀ ਸਾਲਨ ਸ਼ਾਲਨ ਆਈ ਗਿਆ ਤਾਂ ਕਿਸੇ ਨੇ ਜ਼ਬਰਦਸਤ ਹੈ ਰੋਟੀ ਖਾਸ ਹੋਈ ਨਾ ਖਾਣੇ ਤੇ ਬੰਦਾ ਰੋਟੀ ਖਾਣੇ ਰਿਜ਼ਕ ਅੱਗੇ ਮੂੰਹ ਟਿਕੀ ਪਿਆ ਤੇ ਫੋਨ ਆਣੇ ਬੰਦਾ ਰੱਖਣਾ ਚਾਹੀਦਾ ਚਲੋ ਮੈਂ ਤਾਂ ਚਲੋ ਵੀਡੀਓ ਬਣਾਉਣਾ ਮਾੜਾ ਤਾਂ ਖਾਤਾ ਹੋਰ ਹੈ ਚਲੀ ਜਾਣਾ ਨਾ ਬਹੁਤ ਕਿਧਰ ਠੀਕ ਕਰ ਲਓ ਨਾ ਨਬੀਰ ਸਾਹਿਬ ਬਸ ਕਰੋ ਨਾ ਜੀ ਸਾਰੀ ਤਿਆਰੀ ਠੀਕ ਆ ਜਾਇਆ ਠੀਕ ਕਰਨਾ ਨਾ ਇਹ ਅੱਗੇ ਜਾਣਾ ਜੇ ਸਾਰੀ ਤਿਆਰ ਇੱਥੇ ਬੰਦਾ ਪੀਣਾ ਬਾਈਕ ਨਾਲ ਤਾਂ ਚੰਗੀ ਗੱਲ ਨਹੀਂ ਲਾਉਣੀ ਨਬੀਰ ਸਾਹਿਬ ਤੁਹਾਨੂੰ ਸਿਹਤ ਇਤਨੀ ਨਹੀਂ ਜਿੰਨਾ ਤੁਸੀਂ ਲੰਮੇ ਪੇ ਰਹੇ ਹੋ ਖਾਣੇ ਵਾਸਤੇ ਕੀ ਨਹੀਂ ਖਾਣਾ ਵਜਾ ਪੰਜ ਛੇ ਰੋਟੀਆਂ ਮੰਨਣ ਮੈਂ ਨਾ ਮੰਨਣਾ ਕਰ 70 ਰੁਪਏ ਮੈਂ ਮੰਨਣਾ ਕਿ ਤੁਹਾਡੇ ਬਿਨਾਂ ਮੰਨਣਾ ਕਰਨਾ ਮੈਂ ਫਾਨ ਸਾਹਿਬ ਮੈਂ ਤਾਂ ਤੁਸੀਂ ਕੀ ਕਾਲ ਕੀਤੀ ਤੁਸਾਂ ਚਾਹੀ ਆ ਤੁਸਾਂ ਕਿਹਾ ਮਾਸਟਰ ਸੁਖੀਰ ਆ ਲਿਖੜੀ ਕੇ ਗਏ ਤੇ ਇਹਨੇ ਕੀ ਕਹਿ ਕਹਿਤਾ ਸੀ ਮੈਂ ਕੀ ਫੋਨ ਕਰਨਾ ਆ ਮੈਂ ਪਹਿਲੇ ਸੁਖੀਰ ਸਾਹਿਬ ਕੀ ਮਾਰੀ ਹੈ ਮਾਰਨੇ ਤੋਂ ਬਾਅਦ ਦੁਬਾਰਾ ਸੁਖੀਰ ਸਾਹਿਬ ਕੀ ਤੋਂ ਨਹੀਂ ਨਾ ਨਹੀਂ ਮਾਰੀ ਇਰਫਾਨ ਕੀ ਮਾਰੀ ਉਸ ਬਾਈ ਉੜਿਆ ਬਾਈ ਉੜਿਆ ਕਿਆ ਭਾਇਆ ਜੇ ਲਿਖੜੀ ਕੇ ਪਹਿਲੇ ਆਸਾਂ ਦੋ ਪਿੰਦੇ ਪਿੱਛੇ ਆ ਜੇ ਤੁਸਾਂ ਕੀ ਸੁਖੀਰ ਸਾਹਿਬ ਦਾ ਕੰਮ ਹੋਣਾ ਮੁੜੀ ਦੁਬਾਰਾ ਕਾਲ ਕਰੋ ਚੰਗੀ ਵਧੀ ਹੜਤਾਲ ਹੋ ਸੀ ਜੀ ਚਾਰ ਬੰਦੇ ਇਕੱਠੇ ਕੀਤੇ ਜਾ ਸਕਦੇ ਮਾਸਟਰ ਸੁਖੀਰ ਨੇ ਫੋਨ ਕੀਤਾ ਨਹੀਂ ਚਾਹਿਆ ਗੱਲ ਤਾਂ ਪੁੱਛ ਨਾ ਸੁਖੀਰ ਸਾਹਿਬ ਨੇ ਫੋਨ ਕੀਤਾ ਇਹਨਾਂ ਨਹੀਂ ਚਾਹਿਆ ਠੀਕ ਹੈ ਇਰਫਾਨ ਸਾਹਿਬ ਨੇ ਫੋਨ ਕੀਤਾ ਇਹਨਾਂ ਆਖਿਆ ਜੀ ਮਾਸਟਰ ਸੁਖੀਰ ਤਾਂ ਇਸਰਾਰ ਸਾਹਿਬ ਲਿਖੜੀ ਗਏ ਆਸਮ ਮੈਂ ਤਾਂ ਸਦਰ ਪਲਾਕਾ ਮੈਂ ਇੱਥੇ ਹੀ ਖਲੇ ਜਾਮ ਹੋ ਜੇ ਕਹਿੰਦੇ ਟੁਰੇ ਮੈਂ ਲਾਸ਼ ਨੂੰ ਤਾਂ ਸੁਖੀਰ ਸਾਹਿਬ ਨਾਲ ਜੀ ਦੀਕ ਨਾਲ ਗੱਲ ਹੋਏਗੀ ਸਾਰਿਆਂ ਨਾਲ ਗੱਲ ਹੋਏਗੀ ਜਿਸ ਅੱਗੇ ਉੱਠੀ ਆਏ ਪਹਿਲੇ ਤੁਸੀਂ ਕਿ ਹਫ਼ਤਾ ਮੈਂ ਫੋਨ ਹੀ ਨਹੀਂ ਕੀਤਾ ਜਾਂ ਨਹੀਂ ਕੀਤਾ ਦੁਬਾਰਾ ਚਾਚੇ ਕਿਸ ਤੇ ਕਰਾਂ ਜਦੋਂ ਪਤਾ ਆ ਕਿ ਇਸ ਮਰੇ ਕੀ ਚਾਚੇ ਸੇ ਜਵਾਬੀ ਕਰਵਾਈ ਦਿਓ ਪਤਾ ਲੱਗਾ ਕੀ ਬੰਦੇ ਅਗਲੇ ਕੀਤੀ ਆ ਮੁਲਾਕਾਤ ਕਰ ਠੀਕ ਹੈ ਜਣੇ ਸਾਰੇ ਅਸਲਾਮ ਜੀ ਵਾਲੇਕੁਮ ਸਲਾਮ ਵੀਰ ਸਾਹਿਬ
ਅਸ਼ਾ ਨਾ ਦੋ ਬੰਦੇ ਆ ਦੋ ਬੰਦੇ ਆ جو کچھ بھی کلمات مقدسہ پڑھے میرے مل کیے مالک تو علیم بھی ذاتی صدور ہے علا کل شین شہید ہے علا کل شین قدیر ہے دلوں کے بیتوں سے واقف ہے جو کچھ بھی پڑھا گیا مالک تیری بارگاہ لم یزن میں اس کو پیش کرتے ہیں شرف قبولیت عطا فرما مالک کائنات اس کا ثواب امام الانبیاء سید الانبیاء فخر الانبیاء واقف ارض و سما شب اسراج دلہا تاجدار ختم نبوت احمد مجتبی حضرت محمد مصطفیٰ صلی اللہ علیہ وسلم آپ کی بارگاہ اقدس و انور میں تحیت و احترام سے پیش کرتے ہیں قبول فرما حضور کے والدین ازواج مطہرات بنات مبارکہ اولاد پاک آل پاک صحابہ پاک صحابیات مومنین مومنات مسلمین مسلمات جملہ انبیاء کرام رسولان اعظم شہداء کرام اولیاء کرام جملہ سلاسل کے بزرگان دین ائمہ مجتہدین محدثین مفکرین سب کی پاک بارگاہوں میں انتہائی ادب سے اس کا ثواب ایصال کرتے ہیں شرف قبولیت عطا فرما مالک مولا امام الانبیاء کی نلائم کے تصدق سے شہداء کربلا شہداء بدر شہداء احد شہداء حنین شہداء احزاب شہداء خندق شہداء تبوک شہداء یرموک شہداء خیبر شہداء برما شہداء فلسطین شہداء غزہ شہداء کشمیر شہداء ختم نبوت شب سب شہیدوں کی بارگاہ میں پیش کرتے ہیں قبول منظور فرما مالک مولا حضور کی نلائم کے تصدق سے مالک نبی پاک رحمت کائنات صلی اللہ علیہ وسلم کی نلائم پاک کے وسیلہ جلیلہ کے تصدق سے جملہ کلمات مقدسہ جو کچھ بھی پڑھا پڑھ کر میرے ملک کیا گیا ختم پاک پڑھا گیا اہتمام و انتظام و انصراف تلاوت قرآن نعت مصطفیٰ بیان جو کچھ بھی پڑھا گیا پڑھایا گیا مالک سب کا ثواب اخص الخاص بالخصوص 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 محترم رب نواز صاحب ان کی والدہ مرحومہ مغفورہ کی روح پرفتوح کو پیش کرتا ہوں قبول و منظور فرما مالک و مولا مرحومہ مغفورہ کے درجات کو بلند فرما قبر و حشر کی منزلیں آسان فرما رسول رحمت کے حسن کا صدقہ مرحومہ کی قبر کو بکائے نور بنا حضور کی والدہ سیدہ طیبہ طاہرہ سیدہ آمینہ سلام اللہ علیہا آپ کی قبر نور کا صدقہ محترم رب نواز صاحب کی والدہ کی قبر کو روشن و منور فرما درجات کو بلند فرما دنیا میں رہتے ہوئے حقوق اللہ حقوق العباد میں اگر کوئی کمی پیشی رہ گئی ہو تو مصطفیٰ کی زلف عمری کے تصدق سے معافی نصیب فرما مالک مولا محترم بھائی ثاقب نواز صاحب ان کے دادا جان دادی صاحبہ اور ان کی والدہ مرحومہ اور اس گھر کے ساتھ اس خاندان کے ساتھ اس کنبے قبیلے گھر گھرانے کے ساتھ جتنے بھی تعلق رکھنے والے چھوٹے بڑے مرد و زن جو دنیا سے چل بسے ہیں مالک سب کی کامل و اکمل بخشش و مغفرت فرما سب کے درجات کو بلند فرما الہانہ کریزہ کی عزت وقار جاہ و جلال شان و شوق و صحت و تندرستی میں برکتیں نصیب فرما مالک جتنے حاضرین جتنے قدم چل کر تشریف فرما ہوئے ہیں ایک ایک قدم کے بدلے سب کو دائرین کی سعادتوں سے مالا مال فرما اللہم یسر امورنا امور الدین و دنیا والآخرہ اللہم افتح لنا بالخیر و